ਅਨੰਦਪੁਰ ਤੋਂ ਚਿੱਠੀਆਂ ਆਈਆਂ ਨੇ ਤੇ ਹੁਕਮਨਾਮਾ ਹੋਇਆ ਜਾਰੀ ਏ, ਸਭ ਨੂੰ ਹੀ ਬੁਲਾਇਆ ਸਤਿਗੁਰ ਨੇ, ਬਈ ਮੈਨੂੰ ਲੱਗਦਾ ਮਾਮਲਾ ਭਾਰੀ ਏ। ਓ ਇੱਕ ਪਾਸੇ ਗੁਰੂ ਦਾ ਸਿੰਘ ਕੱਲਾ ਤੇ ਦੂਜੇ ਪਾਸੇ ਤੰਤਰ ਸਰਕਾਰੀ ਏ, ਬਾ ਹੁਕਮ ਸਿੰਘ ਦੀ ਮਦਦ ਲਈ ਆਵਾਜ਼ ਗੁਰੂ ਨੇ ਪੰਥ ਨੂੰ ਮਾਰੀ, ਆਵਾਜ਼ ਗੁਰੂ ਨੇ ਕੰਮ ਨੂੰ ਮਾਰੀ ਏ। ਮਾਵਾਂ ਪੁੱਤਾਂ ਨੂੰ ਜਗਾਵਣ ਲੱਗੀਆਂ, ਫੜ ਪੱਗਾਂ ਸਿਰ ਤੇ ਸਜਾਵਣ ਲੱਗੀਆਂ, ਗੁਰੂ ਕਰੇ ਇਸ਼ਾਰਾ ਹਾਏ ਮਰ ਮਿਟ ਜਾਇਓ, ਭੈਣਾਂ ਵੀਰਾਂ ਨੂੰ ਸਮਝਾਵਣ ਲੱਗੀਆਂ, ਚਾਚੇ ਨੇ ਕਰੀ ਤਿਆਰੀ ਐ, ਬਾਪੂ ਨੇ ਮੁੱਛ ਸਵਾਰੀ ਐ, ਦਾਦੀ ਨਾਲ ਜਾਣ ਦੀ ਜਿੱਦ ਕਰੇ ਦਾਦੇ ਦੀ ਸੇਮ ਗਰਾਰੀ ਐ, ਕਹਿੰਦਾ ਕਰੋ ਛੇਤੀ ਨਿਕਲੋ ਗੁਰੂ ਤਾਂ ਬਾਜ ਅਸਮਾਨ ਵਿੱਚ ਆ। ਹਾਥੀ ਆ ਗਏ ਬੇਸ਼ੁਮਾਰ, ਉੱਠੇ ਕਰ ਕਰ ਸੁੱਟੂ ਚੋਬਰ, ਮੱਥਿਆਂ ਵਿੱਚ ਨਾਗਣੀ ਮਾਰ, ਵਰਤ ਰਹੀ ਐ ਕਲਾ ਦੀਪ ਸਿਆ, ਵੇਖ ਰਿਹਾ ਸਾਰਾ ਸੰਸਾਰ, ਪੰਥ ਛਾਨਣੀ ਵਿੱਚ ਪਿਆ ਏ, ਛਣ ਛਣ ਬਾਹਰ ਆਉਂਦੇ ਗੱਦਾ, ਉੱਤਰਿਆ ਗਿਆ ਨਾ ਦੁਸ਼ਟਾਂ ਤੋਂ, ਮੁੰਡੇ ਸਿੱਧੇ ਰਸਤੇ ਪੈ ਗਏ ਨੇ, ਪੱਗ ਗਾਤਰੇ ਗੁਰੂ ਸਾਹਿਬ ਦੇ ਆਸੇ ਪਾਸੇ ਪੈ ਗਏ ਨੇ, ਜਸਮਾਂ ਦੇ ਸੀਨੇ ਠੰਡ ਪਾਈਏ, ਓਏ ਦੁਨੀਆ ਸਾਨੂੰ ਵੇਖ ਰਹੀ, ਜਸਮਾਂ ਦਾ ਕਲੇਜਾ ਕੱਢ ਕੇ ਪਾਪੀ ਡਿਬਰੂਗੜ੍ਹ ਵਿੱਚ ਲੈ ਗਏ ਨੇ, ਖਾਲੜਾ ਸਭ ਜਤਾਉਣਾ ਏ, ਆ ਗਿਆ ਏ ਦੱਸ ਦੇਣ ਦਾ ਏ, ਕੌਮ ਕਿੰਨੀ ਜਾਨ ਵਿੱਚ ਆ, ਖਾਲਸਾ ਮੈਦਾਨ ਵਿੱਚ ਆ, ਖਾਲਸਾ ਮੈਦਾਨ ਵਿੱਚ ਆ, ਖਾਲਸਾ ਮੈਦਾਨ ਵਿੱਚ ਆ, ਗੁਰੂ ਦਾ ਖਾਲਸਾ ਮੈਦਾਨ ਵਿੱਚ ਆ। ਪਾਰਟੀ ਬਾਜੀ ਤੜਿਆਂ ਨਾਲੋਂ ਦੇਵੇ ਪੰਥ ਨੂੰ ਪੈ, ਸੰਗਰੂਰ ਵਾਲਿਓ ਮੁੱਛ ਖੜੀ ਰੱਖੇ ਬੁੱਢਾ, ਵੇਸਵਾਵਾਂ ਦੇ ਛੱਲੇ ਨੇ, ਪਾਰਟੀ ਪਿੱਛੇ ਮਰਦੇ ਯੋਧੇ ਬਦਲਣ ਵਾਲੇ ਦੱਲੇ ਨੇ, ਖਾਣ ਪੰਜਾਬੋਂ ਲੇਟਣ ਦਿੱਲੀ, ਸੱਚੀ ਬਹੁਤ ਨਿਕਲੇ ਨੇ, ਪੈਰ ਨਾ ਬਦਲ ਨੀ ਚੱਲਣੇ, ਹੁਣ ਇਹ ਸਭ ਕਾਰਤੂਸ ਚੱਲੇ ਨੇ, ਹੁਣ ਖੋਲ ਕੇ ਸਾਡੇ ਲਈ ਉਹਨੇ ਛੰਦੜੇ ਬਾਰੇ ਸੋਚੋ, ਮੁੱਲ ਪਾਉ ਕੁਰਬਾਨੀ ਦਾ ਫਰੀਦ ਕੋਟ ਦੇ ਲੋਕਾਂ, ਬਠਿੰਡੇ ਵਾਲਿਓ ਜਿੱਤ ਕੇ ਲੁੱਟਣਾ ਲੀਡਰਾਂ ਦਾ ਇਹ ਧੰਦਾ ਏ, ਗੁੰਡਾ ਗੁੰਡਾ ਕਹਿੰਦੇ ਇਹਨਾਂ ਰਾਖਸ਼ਾਂ ਨਾਲੋਂ ਚੰਗਾ ਨਹੀਂ, ਮਾੜੇ ਨੇ ਪੰਜਾਬ ਦੇ ਲਈ, ਝੂਠ ਹੀ ਜ਼ਬਾਨ ਵਿੱਚ ਆ, ਖਾਲਸਾ ਮੈਦਾਨ ਵਿੱਚ ਆ, ਖਾਲਸਾ ਮੈਦਾਨ।
ਬੰਨ ਕੇ ਲਾਉਂਦਾ ਜੋ ਟਿਕਾਏ। ਉਹ ਅੱਜ ਕੇ ਤੇਰੇ ਦੀਪ ਸਿਆਂ ਅੰਨਿਆਂ ਨੂੰ ਸੱਚ ਵਿਖਾ ਗਿਆ ਏ, ਗਲੀਆਂ ਦੀ ਰਾਜਨੀਤੀ ਚੋਂ ਰਾਹ ਤਖਤਾਂ ਦੇ ਪਾ ਗਿਆ ਏ। ਤੂੰ ਅਸੀਂ ਆਸ਼ਕ ਪਿੰਡਰਾਂ ਵਾਲੇ ਦੇ, ਅਸੀਂ ਆਸ਼ਕ ਪਿੰਡਰਾਂ ਵਾਲੇ ਦੇ, ਟਿੱਪੀ ਉੱਤੇ ਬੈਠਾ ਪਾਤਸ਼ਾਹ ਤੇ ਤੀਰ ਚਾ